ਗੁਰਪ੍ਰੀਤ ਸਿੰਘ ਜੀ ਗੋਪੀ ਕਿੱਥੇ ਬੈਠੇ ਆ ਵੀਰ ਜੀ? ਵਾਹ ਜੀ ਵਾਹ, ਸਤਨਾਮ ਮਾਰਿਓ ਤਾਂ ਵੀਰ ਜੀ ਬਹੁਤ ਯੂਟਿਊਬ ਤੇ ਫੇਮਸ ਨੇ, ਕਿੱਥੇ ਬੈਠੇ ਹੋ ਵੀਰ ਜੀ? ਬਹੁਤ ਬੱਲੇ 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 ਬਾਈ ਜੀ, ਇੱਕ ਵਾਰੀ ਜੱਫੀ ਪਾ ਕੇ ਜਾਇਓ। ਮੈਂ ਨਾ ਮੇਰੇ ਕੋਲੇ ਹੈਗਾ ਬਟਨ ਵਾਲਾ ਫੋਨ, ਸੱਚੀ ਗੱਲ ਆ, ਮੇਰੀਆਂ ਇੰਟਰਵਿਊਆਂ ਵੀ ਬੰਦਾ 5-4 ਲੱਖ ਦੇਖਦਾ ਮਾਲਵਾ ਟੀਵੀ ਤੇ, ਘੋੜਿਆਂ ਦੀਆਂ ਵੀ ਕੀਤੀਆਂ, ਬੋਲਦਾਂ ਦੀਆਂ ਵੀ ਕੀਤੀਆਂ, ਕਬੱਡੀ ਵਾਲੇ ਪਲੇਅਰਾਂ ਦੀਆਂ ਵੀ ਕੀਤੀਆਂ ਔਨ ਰਿਕਾਰਡ, ਪਰ ਮੈਂ ਆਪਦੀ ਕਦੇ ਇੰਟਰਵਿਊ ਮੇਰੇ ਕੋਲ ਬਟਨ ਵਾਲਾ ਹੀ ਆ। ਤੁਸੀਂ ਦੇਸੀ ਬੰਦੇ ਸੀ ਪਰ ਪਹੁੰਚ ਗਏ ਬਹੁਤ ਉੱਤੇ, ਬਹੁਤ ਇੱਕ ਵਾਰੀ ਉਰੇ ਆ ਜਾਓ, ਆ ਜਾਓ। ਕਹਿੰਦੇ ਬਾਈ ਗੋਪੀ ਬਾਈ ਕੋਈ ਖਾਨਦਾਨ ਦੀ ਗੱਲ ਸੁਣਾ ਕੇ ਆ, ਚਾਹੇ ਤੇਰੇ ਕੋਲ ਬੱਕਰੇ ਬੱਕਰੀਆਂ ਸੀਗੀਆਂ ਪਹਿਲਾਂ, ਪਰ ਗੱਲ ਸਿਰੇ ਲਾਤੀ। ਸਤਨਾਮ ਮੈਂ ਇੱਕ ਦਿਨ, ਮੈਨੂੰ ਬੰਦੇ ਨੇ ਰਾਹ ਜਾਂਦੇ ਨੇ ਕਹਿੰਦੇ ਬਾਈ ਜੀ ਆਹ ਬੰਦਾ ਕੁਦਰਤੀ, ਮੈਂ ਉਤਰ ਕੇ ਮਿਲੂ ਬਾਈ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਸੀ ਵੀ ਪਰਮਾਤਮਾ ਨੇ ਕਿਸੇ ਨੂੰ ਕਿਸੇ ਵੇਲੇ ਕੋਈ ਗੁਣ ਦਿੱਤਾ ਹੁੰਦਾ ਬਾ, ਉਹ ਚਾਨਣ ਹੋਣ ਦੀ ਲੇਲ ਹੁੰਦੀ ਆ। ਪਹਿਲਾਂ ਗੋਪੀ ਵੀਰ ਮੈਂ ਛੋਟੀ ਮੂੰਹ ਵੱਡੀ ਗੱਲ ਹੋ ਜਾਣੀ ਆ, ਇੱਕ ਵਾਰੀ ਪਹਿਲਾਂ ਖੁੱਲ ਕੇ ਹੱਸ ਕੇ ਦਿਖਾ, ਦੋਨੇ ਇੱਕੋ ਜਿਹੇ ਲੱਗਦੇ ਆ। ਠੀਕ ਆ, ਇਹ 2.5 ਕੁਇੰਟਲ ਦਾ, ਮੈਂ 1.25 ਕੁਇੰਟਲ ਦਾ, ਪਰ ਗੱਲ ਤਾਂ ਕੋਈ ਬਣੂਗੀ ਜ਼ਰੂਰ। ਗੋਪੀ ਵੀਰ ਪਹਿਲਾਂ ਤਾਂ ਜਿਹੜੀਆਂ ਤੁਹਾਡੀਆਂ ਦੇਸੀ ਗੱਲਾਂ ਨਾ, ਕਹਿੰਦੇ ਗੋਰੇ ਗੋਰੀਆਂ ਵੀ ਤੁਹਾਡੇ ਫੈਨ ਹੋ ਗਏ, ਵਿਆਹੇ ਹੋਏ ਹੋ? ਨਹੀਂ ਤਾਂ ਕਿਤੇ ਫੇਰ ਦਾ ਲੱਗ ਜਾਣਾ ਸੀਗਾ ਜੇ ਕਿਤੇ ਗੱਲ ਦੱਸਦੀ। ਬਹੁਤ ਧੰਨਵਾਦ ਗੋਪੀ, ਕੋਈ ਗੱਲ ਕਰ ਬਈ ਖਾਨਦਾਨ ਦੀ, ਘੋੜਿਆਂ ਦਾ ਅੱਜ ਮੇਲਾ। ਹਾਂਜੀ, ਸਭ ਤੋਂ ਪਹਿਲਾਂ ਪਾਈਏ ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੱਜਣੋ, ਇਹ ਬਹੁਤ ਵੱਡਾ ਇੱਕ ਉਪਰਾਲਾ ਹਨਾ, ਜਿਹੜਾ ਇਹ ਘੋੜੇ ਘੋੜੀਆਂ ਦੀ ਦੌੜ ਕਰਾਉਣਾ ਜਾਂ ਮੇਲੇ ਹੋਣੇ, ਇਹਦੇ ਨਾਲ ਜਿਹੜੀ ਨਵੀਂ ਯੂਥ ਆ, ਜਿਵੇਂ ਇੱਥੇ ਅੱਜ ਛੋਟੇ ਬੱਚੇ 15 ਤੋਂ ਲੈ ਕੇ 20-22 ਸਾਲ ਤੱਕ, ਇਹ ਨਾ ਇੱਕ ਟਾਈਮ ਹੀ ਹੁੰਦਾ, ਇਹ ਇਸ਼ਕ ਹੁੰਦਾ। ਇਹ ਕੋਈ ਜ਼ਰੂਰੀ ਨਹੀਂ ਬਈ ਇਸ਼ਕ ਭੈੜੇ ਪਾਸੇ ਹੀ ਲੱਗੂਗਾ, ਇਸ਼ਕ ਆ ਬੰਦੇ ਨੂੰ, ਜਿਨ੍ਹਾਂ ਨੂੰ ਅੱਜ ਇੱਥੋਂ ਘੋੜ ਦੌੜ ਵੇਖ ਕੇ ਜਾਣਗੇ ਇਸ਼ਕ ਲੱਗ ਗਿਆ, ਉਹ ਘੋੜੇ ਘੋੜੀਆਂ ਲਾਜ਼ਮੀ ਰੱਖਣਗੇ। ਤੇ ਘੋੜਾ ਇੱਕ ਇਹੋ ਜਿਹੀ ਚੀਜ਼ ਆ, ਇਹ ਬੰਦਾ ਦਿਲ ਨਾਲ ਲੈ ਸਕਦਾ, ਪੈਸੇ ਨਾਲ ਨਹੀਂ। ਤਾਂਗੋ ਆਪਾਂ ਇੰਸਟਾਗ੍ਰਾਮ ਤੇ ਪਹਿਲਾਂ ਵੀ ਪਾਉਂਦੇ ਰਹੇ, ਸ਼ੇਅਰ ਤੇ ਪਾਉਂਦੇ ਰਵਾਂਗੇ ਹਨਾ, ਤੇ ਸ਼ੇਅਰ ਲੋਕਾਂ ਨੇ ਫੇਮਸ ਵੀ ਬਹੁਤ ਕਰਿਆ ਆਪਣੀ ਆਵਾਜ਼ ਗਾਂ, ਲੋਕਾਂ ਨੇ ਮੈਨੂੰ ਲੱਗਦਾ 1000-1000 2000 ਘੋੜਿਆਂ ਦੀਆਂ ਦੌੜਾਂ ਤੇ ਲੱਗੀ ਪਈ ਆ, ਉਹਦੇ ਤੇ ਇੱਕ ਸ਼ੇਅਰ ਵੀ ਹੈਗਾ ਇੱਕ ਨਿੱਕਾ ਜਿਹਾ। ਕਹਿੰਦਾ ਪੈਰੀ ਲੱਗੀ ਹੋਵੇ ਖੁਰੀ, ਸੜਕ ਤੇ ਜਾਂਦੀ ਹੋਵੇ ਤੁਰੀ, ਮੜਕ ਕਿਸੇ ਤੋਂ ਚੱਲੀ ਨਹੀਂ ਜਾਂਦੀ, ਘੋੜੀ ਗੁਰੂ ਸਾਹਿਬ ਦੀ ਦੇਣਾ ਹਰ ਕਿਸੇ ਤੋਂ ਰੱਖੀ ਨਹੀਂ ਜਾਂਦੀ। ਘੋੜੇ ਘੋੜੀਆਂ ਰੱਖਣਾ ਬਈ ਦਿਲਾਂ ਵਾਲੇ ਬੰਦਿਆਂ ਦਾ ਕੰਮ ਆ, ਪੈਸੇ ਪੂਸੇ ਦਾ ਪਤਾ ਨਹੀਂ ਲੋਕਾਂ ਕੋਲੇ ਕਿੰਨੇ ਕੁ ਪਏ ਆ, ਤੇ ਜਿਹੜੇ ਘਰੇ ਕੈਲਕੂਲੇਟਰਾਂ ਤੇ ਹਿਸਾਬ ਲੱਗਣ ਲੱਗ ਜੇ ਨਾ, ਉਹ ਕਦੇ ਘੋੜੇ ਘੋੜੀਆਂ ਨਹੀਂ ਰੱਖ ਸਕਦੇ, ਕਿਉਂਕਿ ਇਹ ਸੋਨਾ ਚਾਂਦੀ ਖਾਂਦੇ ਆ ਤੇ ਲਿੱਤ ਹੱਗਦੇ ਆ। ਤੇ ਜੇ ਕਈ ਵਾਰੀ ਮੇਰੇ ਵਰਗਾ ਚੰਬੀ ਘੋੜੀ ਰੱਖ ਲੈ ਨਾ, ਤੇ ਇੱਕ ਵਾਰੀ ਵਛੇਰਾ ਦੇ ਜੇ ਚੰਗੇ ਘੋੜੇ ਤੋਂ ਮਲਾਈ ਹੋਵੇ, ਤੇ ਆਖ ਦਿੰਦੇ ਆ ਛੱਡ ਪਰਾਂ, ਓਹੋ ਫੀਸ ਤਾਂ ਆਪਾਂ ਜਾਣੂ 31,000 ਦਿੱਤੀ ਸੀਗੀ, ਵਛੇਰਾ ਆਪਣਾ 15,000 ਦੇ ਵੀ ਗਿਆ। ਇਹ ਦਿਲ ਰੱਖਣੇ ਪੈਂਦੇ ਆ, ਤੇ ਜੇ ਇਹ ਬਈ ਸ਼ੌਂਕ ਨਾਲ ਰੱਖੀਆਂ ਹੋਣ ਤਾਂ ਰਜਾ ਦਿੰਦੀਆਂ, ਤੇ ਜਿਨ੍ਹਾਂ ਨੇ ਇਹਨਾਂ ਚੋਂ ਰੱਖਣਾ ਹੀ ਬਿਜਨਸ ਆ, ਇਹ ਬਿਜਨਸ ਵਾਲੇ ਬੰਦਿਆਂ ਦਾ ਤਾਂ ਫਿਰ ਘਾਟੇ ਦਾ ਸੌਦਾ ਹੀ ਹੁੰਦਾ। ਇੱਕ ਜਿਹੜਾ ਘੋੜੇ ਘੋੜੀ ਦਾ ਕੰਮ ਆ, ਇਹ ਜਿਹੜਾ ਜਿਉਣਾ ਮੋੜੀ ਸਾਂਭਦਾ ਚਤਰਾ ਨਹੀਂ ਕੰਮ ਕਰਦਾ, ਇਹਦੇ 'ਚ ਮਾਲਕ ਦਾ ਇੰਟੈਲੀਜੈਂਟ ਹੋਣਾ ਜ਼ਰੂਰੀ ਆ, ਤੜਕੇ ਹੱਥ ਨੇ ਵੇਖਣਾ ਘੋੜੇ ਨੂੰ, ਇਉਂ ਤਾਂ ਹੈ ਨਹੀਂ ਵੀ ਚਿੱਟੇ ਪਾ ਕੇ ਤੇ ਖੋਸੇ ਪਾ ਕੇ ਆਪ ਆਪਾਂ ਬਠਿੰਡੇ ਤੁਰੇ ਫਿਰ ਗਏ ਜੀਤ ਰੋਡ ਤੇ ਹਨਾ, ਤੇ ਘਰੇ ਬਈ ਮੇਰੇ ਘੋੜੇ ਘੋੜੀਆਂ ਖੜੇ ਆ, ਫਿਰ ਉਹ ਥੋੜਾ ਚਿਰ ਹੀ ਆ, ਫਿਰ ਉਹਨਾਂ ਦੇ ਬੱਚੇ ਗਾ 65-65 ਇੰਚ ਦੇ ਨਹੀਂ ਜਾਂਦੇ। ਠੀਕ ਆ ਜੀ, ਬਾਕੀ ਜੇ ਕਿਸੇ ਨੂੰ ਭਰਾਵੋ ਮਾੜੀ ਮੋਟੀ ਗੱਲ ਲੱਗ ਗਈ ਹੋਵੇ ਤਾਂ ਮਾਫ ਕਰਿਓ, ਮੈਂ ਤਾਂ ਸਿੱਧਾ ਜਿਹਾ ਬੰਦਾ ਹੀ ਆ, ਫਿਰ ਜਿਹੜੀ ਗੱਲ ਆ ਜੇ ਮੂੰਹ ਤੇ ਚਲਾ ਹੀ ਦਿੰਦਾ ਹੁੰਦਾ, ਗੁੱਸਾ ਨਾ ਬੰਦਿਆ ਕਰੋ ਮੇਰੀ ਗੱਲ ਦਾ, ਸੱਚੀਆਂ ਗੱਲਾਂ ਜਿਹੜੀਆਂ ਹੁੰਦੀਆਂ ਪਿੰਡਾਂ ਚ, ਤੇ ਤਾਂਗੋ ਹੀ ਲੋਕ ਆਪਾਂ ਨੂੰ ਪਿਆਰ ਕਰਦੇ ਆ। ਗੁਰਪ੍ਰੀਤ ਗੋਪੀ ਕੌਣ ਆ? ਆਮ ਜਿਹਾ ਬੰਦਾ ਇੱਕ, ਉਹੀ ਲਾਭੇ ਦਾ ਮੁੰਡਾ ਬੁਲਾਈ ਜਾਣੇ ਹੋ, ਇਹਦਾ ਤੁਹਾਡਾ ਪਿਆਰ ਆ ਜਿਹੜਾ ਅੱਜ ਤੱਕ ਇੱਥੇ ਲੈ ਆਇਆ,
ਤੇ ਤੁਹਾਡੇ ਪਿਆਰ ਦੇ ਆਸਰੇ ਹੀ ਭੱਜਿਆ ਫਿਰਦਾ, ਨਹੀਂ ਤਾਂ ਲੋਕ ਤਾਂ ਕਣਕ ਬੀਜੀ ਜਾਂਦੇ ਆ ਖੇਤਾਂ 'ਚ। ਥੈਂਕ ਯੂ ਬਾਈ ਜੀ, ਇੰਨਾ ਸਮਾਂ ਦਿੱਤਾ, ਧੰਨਵਾਦ। ਗੋਪੀ ਵੀਰ ਗੁੱਸਾ ਤੇਰੀ ਗੱਲ ਦਾ ਕਿਸੇ ਨੀ ਕਰਨਾ, ਲੋਕਾਂ ਨੇ ਤਾਂ ਘਰੇ ਤੇਰੀ ਫੋਟੋ ਲਾ ਲਿਆ ਕਰਨੀ ਆ ਬਈ ਗੁੱਸਾ, ਬਈ ਹਾਸਾ ਹੱਸਣਾ ਤਾਂ ਗੋਪੀ ਕੰਨੀ ਦੇਖ ਲਿਓ, ਕਿਉਂਕਿ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਬਾ ਹੋ ਗਿਆ ਖਾਲੀ ਹੋ ਗਿਆ ਇੰਦਰਜੀਤ ਸਿੰਘ।